ਬਿਸਮਿਲ੍ਲਾ ਰਹਿਮਾਨ ਰਹੀਮ ਤਾਰਾ ਜੀ ਅੱਜ ਅੱਲਾਹ ਪਾਕ ਨੇ ਸਾਨੂੰ ਫਿਰ ਮੌਕਾ ਦਿੱਤਾ ਜੀ ਅਸੀਂ ਹੱਕਦਾਰਾਂ ਤੱਕ ਪਹੁੰਚੀਏ ਔਰ ਉਹਨਾਂ ਵਾਸਤੇ ਜੋ ਕੁਛ ਅੱਲਾਹ ਪਾਕ ਭੇਜਦਾ ਪਿਆ ਵਾ ਉਹਦੇ ਸਪੁਰਦ ਕਰੀਏ ਜੀ ਸਾਡੀ ਹੈਸੀਅਤ ਤਾਰਾ ਜੀ ਇੱਕ ਪੋਸਟਮੈਨ ਦੀ ਤਰ੍ਹਾਂ ਵਾ ਇੱਕ ਡਾਕੀ ਦੀ ਤਰ੍ਹਾਂ ਵਾ ਜਿਹੜਾ ਆਪਣੇ ਡਾਕਖਾਨੇ 'ਚੋਂ ਨਿਕਲਦਾ ਵਾ ਅਤੇ ਥੈਲੇ ਦੇ ਵਿੱਚ ਪਾਰਸਲ ਮਨੀ ਆਰਡਰ ਅਮਾਨਤਾਂ ਲੈ ਕੇ ਜਾਂਦਾ ਵਾ ਔਰ ਜਾ ਕੇ ਦਰਵਾਜ਼ੇ ਖਟਖਟਾਉਂਦਾ ਵਾ ਔਰ ਜਿਹੜੀ ਜਿਹੜੀ ਅਮਾਨਤ ਹੁੰਦੀ ਉਹ ਸਪੁਰਦ ਕਰ ਦਿੰਦਾ ਵਾ ਅਤੇ ਸਾਡੀ ਤਾਂ ਸੀਅਤ ਇੱਕ ਡਾਕੀ ਤਰ੍ਹਾਂ ਵਾ ਅਤੇ ਅਸੀਂ ਇਸ ਪੋਸਟ 'ਤੇ ਇਸ ਜਿਹੜੀ ਸਾਡੀ ਤਕਰਰੀ ਆ ਇੱਥੇ ਖੁਸ਼ ਰੱਬ ਉੱਤੇ ਬਿਲਕੁਲ ਅਤੇ ਇੱਕ ਐਸਾ ਮਾਜ਼ੂਰ ਇੱਕ ਐਸਾ ਬੰਦਾ ਜਿਹੜਾ ਉਮਰ ਸੀਧਾ ਵਾ ਔਰ ਤਾਰਾ ਜੀ ਇਹ ਨਾ ਜਿਹੜੇ ਨਾ ਜਿਹਨੂੰ ਅਸੀਂ ਕਹਿੰਦੇ ਹਾਂ ਕਣਕ ਛਾਨਣੀ ਜਾਂ ਜੌਂ ਛਾਨਣੇ ਜਾਂ ਚੌਲ ਛਾਨਣੇ ਅਤੇ ਉਹਦੇ ਵਿੱਚ ਇਹ ਉਹ ਛੱਜ ਬਣਾਉਂਦੇ ਨੇ ਛੱਜ ਕਿੱਦਾਂ ਬਣਾਉਂਦੇ ਨੇ ਕਿ ਜਿਹੜੇ ਹੁੰਦੇ ਨਾ ਆਪਣਾ ਪੁਰਾਣੇ ਟੀਨ ਹੁੰਦੇ ਨੇ ਕਨਸਤਰ ਘਿਓ ਵਾਲੇ ਉਹ ਲੈ ਕੇ ਅਤੇ ਉਹ ਛੱਜ ਬਣਾਉਂਦੇ ਨੇ ਔਰ ਤੁਸੀਂ ਇਹ ਦੇਖੋ ਕਿ ਉਹ ਕਿਤਨੇ ਕੁ ਪੈਸੇ ਕਮਾ ਲੈਂਦੇ ਹੋਣਗੇ ਪਹਿਲੀ ਗੱਲ ਤਾਂ ਕਿ ਵਿਕਦੇ ਨੀਗੇ ਜੇ ਕੋਈ ਵਿਕਦੇ ਆ ਤਾਂ ਉਹਦੇ 'ਚ ਕਿਤਨੇ ਪੈਸੇ ਕਮਾਉਂਦਾ ਹੋਏਗਾ ਇਹਦਾ ਕਿੱਦਾਂ ਗੁਜ਼ਾਰਾ ਹੁੰਦਾ ਹੋਏਗਾ ਇਹ ਬੜੇ ਅਰਸੇ ਦਾ ਅਸੀਂ ਦੇਖਦੇ ਹਾਂ ਕਿ ਜ਼ਮੀਨ 'ਤੇ ਬੈਠ ਕੇ ਕੰਮ ਕਰਦਾ ਵਾ ਉਹ ਲੋਕ ਜਿਹੜੇ ਜ਼ਮੀਨ 'ਤੇ ਬੈਠ ਕੇ ਕੰਮ ਕਰਦੇ ਨੇ ਕਿਸ ਕਦਰ ਮੁਫਲਸੀ ਜ਼ਿੰਦਗੀ ਗੁਜ਼ਾਰਦੇ ਨੇ ਅਤੇ ਉਹ ਹੱਕਦਾਰ ਨੇ ਪਰ ਮੈਂ ਦੇਖ ਰਹੀ ਹਾਂ ਕਿ ਜ਼ਿਆਦਾ ਉਹਦੇ ਕੋਲ ਜਿਹੜਾ ਨਾ ਸਮਾਨ ਵੀ ਨਹੀਂ ਹੈ ਆਓ ਚੱਲਦੇ ਹਾਂ ਅਸਲਾਮ ਅਲੈਕੁਮ ਕੀ ਹਾਲ ਜੀ ਠੀਕ ਠਾਕ ਹੋ ਇਹ ਕੀ ਬਣਾ ਰਹੇ ਹੋ ਛੱਜ ਬਣਾਉਂਦੇ ਪਏ ਹੋ ਦਿਖਾਓ ਜ਼ਰਾ ਛੱਜ ਜ਼ਰਾ ਅੱਛਾ ਇਹ ਛੱਜ ਬਣਾਇਆ ਵਾ ਤਾਰਾ ਜੀ ਇਹ ਉਹ ਛੱਜ ਵਾ ਅਤੇ ਇਹ ਡਿਜ਼ਾਇਨ ਆਪ ਬਣਾਉਂਦੇ ਵਿੱਚ ਆਪ ਡਿਜ਼ਾਇਨ ਬਣਾਉਂਦੇ ਨੇ ਤਾਰਾ ਜੀ ਇਹ ਛੱਜ ਵਾ ਦੇਖੋ ਨਾ ਇਹ ਘਿਓ ਦਾ ਡੱਬਾ ਖਾ ਲੈ ਪੁਰਾਣੇ ਜਿਹੜੇ ਪੁਰਾਣੇ ਡੱਬੇ ਹੁੰਦੇ ਨਾ ਉਹ ਲੈ ਲੈਂਦੇ ਨੇ ਜਿਸ ਤਰ੍ਹਾਂ ਡੱਬਾ ਲਿਆ ਵਾ ਅਤੇ ਉਹਨੂੰ ਫਿਰ ਕੱਟ ਕੇ ਅਤੇ ਫਿਰ ਉਹ ਛੱਜ ਬਣਾਉਂਦੇ ਨੇ ਅਤੇ ਕਿੰਨੇ ਦਾ ਛੱਜ ਬਣ ਜਾਂਦਾ ਸੌ ਰੁਪਏ ਦਾ 120 ਰੁਪਏ ਛੱਜ ਦਿੰਦੇ ਹੋ ਅਤੇ ਕਿੰਨਾ ਟਾਈਮ ਲੱਗਦਾ ਉਹਨੂੰ ਬਣਨ 'ਚ ਅੱਧਾ ਘੰਟਾ ਤੇ ਰੋਜ਼ ਦੇ ਕਿੰਨੇ ਛੱਜ ਵਿਕ ਜਾਂਦੇ ਨੇ ਅੱਜ ਕੱਲ੍ਹ ਦੇ ਕੰਮ ਵਿਹਲੇ ਕੋਈ ਨੀ ਵਿਕਦਾ ਕੋਈ ਨੀ ਕਾਰੋਬਾਰ ਵਿਹਲੇ ਤੇ ਘਰ ਦਾ ਸਿਸਟਮ ਕਿਵੇਂ ਚੱਲਦਾ ਫਿਰ ਸਿਸਟਮ ਮਜਬੂਰੀ ਆ ਨਹੀਂ ਸਿਸਟਮ ਕਿਵੇਂ ਚੱਲਦਾ ਫਿਰ ਰੋਟੀ ਪਾਣੀ ਕਿਤੋਂ ਚੱਲਦੀ ਆ ਬਸ ਕਿਸੇ ਟਾਈਮ ਆ ਜਾਂਦਾ ਵਾ ਸਿਸਟਮ ਆਟਾ ਲੈ ਕਿਸੇ ਟਾਈਮ ਆ ਜਾਂਦੇ ਤੇ ਆਟਾ ਮਿਲ ਜਾਂਦਾ ਦੋਸਰ ਆਟਾ ਲੈ ਜਾਂਦੇ ਆ ਗੁਜ਼ਾਰਾ ਕਰ ਫਿਰ ਬਾਕੀ ਘਰ ਦੇ ਖਰਚਾ ਕਿਵੇਂ ਚੱਲਦਾ ਅੱਲਾ ਪਾਕ ਕਰ ਦਿੰਦਾ ਕੋਈ ਅੱਲਾ ਪਾਕ ਕਰ ਲੈ ਸਵਾਬ ਬਣਾ ਬੱਚੇ ਕਿੰਨੇ ਜੀ ਚਾਰ ਬੇਟੇ ਇੱਕ ਬੰਦੇ ਚਾਰ ਬੇਟੇ ਨੇ ਬੇਟੀਆਂ ਇੱਕ ਦਿਨ ਦੇ ਵਿੱਚ 100-150 ਰੁਪਇਆ ਕਮਾਉਂਦਾ ਵਾ ਔਰ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਕਿਵੇਂ ਬਸਰ ਹੁੰਦੀ ਹੈ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਔਰ ਤੁਸੀਂ ਸਰਦੀਆਂ ਗਰਮੀਆਂ ਇੱਥੇ ਬੈਠਦੇ ਜੀ ਮੈਨੂੰ ਜੀ ਟ੍ਰਾਂਸਪੋਰਟ 40 ਸਾਲ ਹੋ ਗਏ 40 ਸਾਲ ਹੋ ਗਏ 40 ਸਾਲ ਦੇ ਜੀ ਤੁਸੀਂ ਕੀ ਕੰਮ ਕੀਤੇ ਪਹਿਲਾਂ ਮੁਰਗੀਖਾਨੇ ਦੇ ਭਾਂਡੇ ਬਣਾਏ ਮੁਰਗੀਖਾਨੇ ਦੇ ਭਾਂਡੇ ਬਣਾਉਂਦੇ ਸੀ ਵੱਧ ਤੋਂ ਵੱਧ ਕੰਮ ਦੇ ਯਾਨੀ ਟੀਨ ਦੇ ਟੀਨ ਦੇ ਅੱਛਾ ਭੱਠੀਆਂ ਨਾਲ ਊਂ ਦਾ ਕੰਮ ਕੀਤਾ ਅੱਛਾ ਤੇ ਹੁਣ 5-6 ਸਾਲ ਹੋ ਚਲੇ ਹਾਂਜੀ ਕਾਰੋਬਾਰ ਕਾਰੋਬਾਰ ਕਹਿੰਦੇ 5-6 ਸਾਲ ਹੋ ਗਏ ਨੇ ਤੇ ਕੋਈ ਕਾਰੋਬਾਰ ਕੋਈ ਵਾਲ ਦਾ ਮੰਜੇ ਤੇ ਪਈ ਆ ਵਾਲ ਦਾ ਤਾਂ ਮੰਜੇ ਤੇ ਪਈ ਆ ਉਹ ਜਿਹੜੀ ਤਾਂ ਵੀ ਜਿਹੜੀ ਹੋਵੇ ਤੇ ਪਹਿਲਾਂ ਬਾਹਰ ਕੱਢ ਲੈਣਾ ਉਹਦੇ ਵਾਸਤੇ ਵੀਲ ਚੇਅਰ ਚਾਹੀਦੀ ਆ ਚਲੋ ਤਾਂ ਜੀ ਇਨਸ਼ਾਅੱਲਾ ਉਹਦੇ ਵਾਸਤੇ ਵੀਲ ਚੇਅਰ ਜਿਹੜੀ ਨਾ ਉਹ ਮਿਲ ਜਾਏਗੀ ਤਾਂ ਜੀ ਇੱਕ ਬੰਦਾ ਜਿਹੜਾ ਜ਼ਮੀਨ ਤੇ ਆ ਬੋਰੀ ਤੇ ਬੈਠਾ ਵਾ ਉਹਦੀ ਕੋਈ ਦੁਕਾਨ ਨਹੀਂ ਮੈਂ ਸਾਰੀ ਉਮਰ ਦੁਕਾਨ ਦਾ ਬੁਜ਼ਾਰੀ ਆ ਸਾਰੀ ਉਮਰ ਦੁਕਾਨ ਤੋਂ ਬਗੈਰ ਲੰਘੀ ਬੁੱਢਾ ਹੋ ਚਲਾ ਹਾਂ ਕਿੰਨੀ ਉਮਰ ਤੁਹਾਡੀ ਮੇਰੀ ਹੋ ਜੀ ਆਪ 60 ਸਾਲ 60 ਸਾਲ ਤੇ ਆਪ ਦੋ ਬੱਚੇ ਵਿਆਹਲੀ ਹੋ ਅੱਛਾ ਤੇ ਆਪ ਆਹੀ ਮਿੰਟ ਮਜ਼ਦੂਰੀ ਭੈਣ ਭਰਾ ਤਾਂ ਅਮਲ ਕਰਦਾ ਅੱਛਾ ਤਾਂ ਅੱਲਾ ਪਾਕ ਉਹਨੂੰ ਬਹੁਤਾ ਦੇਣੀ ਚਲੋ ਦੇਖੋ ਤਾਰਾ ਜੀ ਕਿ ਇੱਥੋਂ ਗੁਜ਼ਰਦੇ ਹੋਏ ਤੁਹਾਡੀ ਕਿਸੇ ਨੇ ਨਹੀਂ ਤੁਹਾਡੀ ਹੈਲਪ ਕੀਤੀ ਕਿ ਤੁਸੀਂ ਇਸ ਤਰ੍ਹਾਂ ਬੈਠੇ ਜੇ ਤੁਹਾਡੇ ਕੋਲ ਆਣ ਕੇ ਪੁੱਛਿਆ ਨਹੀਂ ਤੁਹਾਡੇ ਕੋਲ ਆਣ ਕੇ ਕਿਸੇ ਨੇ ਤੁਹਾਡਾ ਦੁੱਖ ਜਿਹੜਾ ਮਹਿਸੂਸ ਕੀਤਾ ਕਿਸੇ ਨੇ ਨਹੀਂ ਕੀਤਾ ਕਿਸੇ ਨੇ ਆਪਣੇ ਆਪ ਨਹੀਂ ਕੋਈ ਪੁੱਛਦੇ ਦੋ ਬੇਟੀਆਂ ਦੇ ਵਿਆਹ ਤੇ ਤੇ ਉਹਨਾਂ ਨੂੰ ਕਹੀ ਦੋ ਮੇ ਕੋ ਸੜਿਆ ਬਣਿਆ ਅੱਛਾ ਇਹ ਦੱਸੋ ਤੁਹਾਡੀ ਜ਼ਿੰਦਗੀ ਕਿੱਦਾਂ ਬਿਹਤਰ ਹੋ ਸਕਦੀ ਬਿਹਤਰ ਹੋ ਸਕਦੀ ਜੇ ਮੇਰੇ ਕੋਲ ਪੈਸੇ ਹੋਣ ਮੈਂ ਕਾਰੋਬਾਰ ਹੀ ਕਰਾਂ ਕੀ ਅਗਰ ਪੈਸੇ ਹੋਣ ਤਾਂ ਕੀ ਕਾਰੋਬਾਰ ਕਰੋਗੇ ਚਾਹ ਚੁੱਟ ਬਣਾਵਾਂ ਬੀਪੇ ਲਿਆਵਾਂ ਹੋਰ ਕੀ ਕੰਮ ਕਰ ਸਕਦੇ ਤੁਸੀਂ ਅੱਛਾ ਕੰਮ ਕੀ ਕਰ ਸਕਦੇ ਹੋਰ ਮੈਂ ਕੱਪੜਾ ਸਪੜਾ ਟੋਟੇ ਵੀ ਲਿਆ ਕੇ ਵੇਚ ਸਕਦਾ ਅੱਛਾ ਫੈਸਲਾ ਬਦ ਅੱਛਾ ਦੇਖੋ ਰਵਾ ਸਾਹਿਬ ਤੇ ਮੈਂ ਸੋਚਿਆ ਸੀ ਕਿ ਰੂਈ ਦੇ ਕੰਮ ਕਰ ਸਕਦਾ ਰੂਈ ਦਾ ਵੀ ਕੰਮ ਮੈਂ ਕਰ ਲੈਣਾ ਅੱਛਾ ਕੀ ਗੋ ਮੇਰੇ ਕੋਲ ਇੱਥੇ ਵੀ ਵਿਕਦੀ ਆ ਅੱਛਾ ਬਾਜ਼ਾਰ ਦੁਕਾਨਾਂ ਵਾਲਾ ਵੀ ਲੈ ਰਹੇ ਆ ਅੱਛਾ
ਉਹ ਕਹਿੰਦੇ ਸਾਡੇ ਨਾਲ ਤਾਵਣ ਕਰ ਮੈਂ ਅੱਗੇ ਦਿੰਦਾ ਹੁੰਦਾ ਮੇਰੇ ਕੋਲ ਪੈਸੇ ਹੁੰਦੇ ਤੇ ਰੂਈ ਕਿੱਥੇ ਇਸਤੇਮਾਲ ਹੁੰਦੀ ਹੈ ਇਸਤੇਮਾਲ ਆ ਬਿਸਤਰੇ ਭਾਲਦੇ ਵਿਆਹਾਂ ਛਾਦੀਆਂ ਦੇ ਅੱਛਾ 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 ਮਨ ਮਨ ਦੋਨੋਂ ਮਨ ਅੱਛਾ ਅਗਰ ਇੱਕ ਮਨ ਰੂਈ ਆ ਤੇ ਕਿੰਨੇ ਪੈਸੇ ਤੁਹਾਨੂੰ ਬਚ ਜਾਣਗੇ 2000 ਰੁਪਏ ਬਚ ਜਾਣਗੇ 2000 ਬਚੇਗਾ ਬਿਹਤਰ ਹੋ ਜਾਏਗੀ ਜ਼ਿੰਦਗੀ ਹਾਂਜੀ ਜ਼ਿੰਦਗੀ ਬਿਹਤਰ ਤੇ ਤਾਰਾ ਜੀ ਅਸੀਂ ਆਪਣੇ ਰੱਬ ਅੱਗੇ ਰੱਖਦੇ ਆ ਕਿ ਇਹਦੇ ਵਾਸਤੇ ਰੂਈ ਦਾ ਕਾਰੋਬਾਰ ਜਿਹੜਾ ਉਹ ਕਹਿੰਦਾ ਮੈਂ ਕਰ ਸਕਦਾ ਹਾਂ ਇਨਸ਼ਾਅੱਲਾ ਮੈਂ ਤੇਰੇ 20 ਰੁਪਏ ਕਿਲੋ ਦੀ ਨਾ ਹਾਂ ਉਹ ਲੋਕ ਸ਼ੁਰੂ ਕੀਤੀ ਅੱਛਾ 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 ਅੱਜ ਤੋਂ 35 ਸਾਲ ਇਹ ਤਾਂ ਤਜਰਬਾ ਹੈ ਹਾਂਜੀ 35 ਸਾਲ ਹੋ ਚਲੇ ਹਾਂਜੀ ਤੇ ਫਿਰ ਅੱਲਾ ਬਿਹਤਰ ਕਰੇਗਾ ਅੱਲਾ ਪਾਕ ਬਿਹਤਰ ਕਰੇਗਾ ਤੁਹਾਡੇ ਵਾਸਤੇ ਅੱਲਾ ਪਾਕ ਬਿਹਤਰ ਕਰੇਗਾ ਲਿਆਓ 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 ਜੀ ਕੀ ਨਾਂ ਜੀ ਆਪਣਾ ਮੁਹੰਮਦ ਅਮੀਨ ਮੁਹੰਮਦ ਅਮੀਨ ਤੁਸੀਂ ਆਖਿਆ ਸੀ ਮੈਂ ਰੂਈ ਦਾ ਕਾਰੋਬਾਰ ਕਰ ਸਕਦਾ ਇਹ ਤੁਹਾਡੇ ਵਾਸਤੇ ਰੂਈ ਦਾ ਕਾਰੋਬਾਰ ਆ ਗਿਆ ਹੈ ਨਹੀਂ ਮਿਹਰਬਾਨੀ ਅੱਲਾ ਪਾਕ ਦੀ ਸਾਡੀ ਕੋਈ ਔਕਾਤ ਨਹੀਂ ਆਓ ਦੇਖੋ ਠੀਕ ਹੈ ਠੀਕ ਹੈ ਰੂਈ ਠੀਕ ਹੈ ਹਾਂ ਠੀਕ ਹੈ ਦੇਸੀ ਦੇਸੀ ਰੂਈ ਆ ਅੱਗੇ ਇੱਕ ਇੱਕ ਕਿਸ ਕੰਮ ਆਉਂਦੀ ਰੂਈ ਬਿਸਤਰੇ ਭਰਦੇ ਬਿਸਤਰੇ ਭਰਦੇ ਆ ਅੱਛਾ ਹੁਣ ਅੱਗੇ ਤੁਸੀਂ ਛੱਜ ਬਣਾਉਂਦੇ ਸੋ ਠੀਕ ਹੈ ਨਾ ਤੇ ਜੱਜ ਦੇ ਛੱਜ ਵਿਕਦਾ ਸੀ ਉਹ ਵੀ ਨਹੀਂ ਵਿਕਦਾ ਤੇ ਹੁਣ ਰੂਈ ਤਾਂ ਸੀਜ਼ਨ ਹੈ ਮੇਰੇ ਖਿਆਲ ਹਾਂਜੀ ਅੱਲਾ ਬਿਹਤਰ ਕਰੇਗਾ ਤੇ ਕੀ ਮਹਿਸੂਸ ਕਰਦੇ ਹੋ ਤੁਸੀਂ ਹੈ ਠੀਕ ਹੈ ਸ਼ੁਕਰ ਹੈ ਅੱਲਾ ਪਾਕ ਬਹੁਤਾ ਦੇਵੇ ਜਿਹਨਾਂ ਨੇ ਸਾਡੇ ਭਲਾ ਕੀਤਾ ਕਹਿੰਦੇ ਨੇ ਜਿਹਨਾਂ ਸਾਡਾ ਵਾਸਤੇ ਭਲਾ ਕੀਤਾ ਅੱਲਾ ਪਾਕ ਉਹਨਾਂ ਵਾਸਤੇ ਬਿਹਤਰ ਕਰੇ ਆਸਾ ਮੈਂ ਦੇਖ ਰਹੀ ਹਾਂ ਕਿ ਕੋਈ ਸਵੈਟਰ ਨਹੀਂ ਕੋਈ ਜਰਸੀ ਨਹੀਂ ਕੋਈ ਕੁਛ ਨਹੀਂ ਤੁਹਾਡੇ ਵਾਸਤੇ ਇਨਸ਼ਾਅੱਲਾ ਕੱਪੜੇ ਵੀ ਅਸ ਦੇਵਾਂਗੇ ਜਰਸੀ ਜੈਕਟ ਲੈ ਕੇ ਆਵਾਂਗੇ ਤੁਹਾਡੇ ਬੱਚਿਆਂ ਵਾਸਤੇ ਵੀ ਕੱਪੜੇ ਲੈ ਕੇ ਆਵਾਂਗੇ ਤੁਹਾਡੇ ਘਰ ਇੱਕ ਵਾਰ ਅਸੀਂ ਆਵਾਂਗੇ ਇਨਸ਼ਾਅੱਲਾ ਅੱਛਾ ਇਹ ਗੱਲ ਦੱਸੋ ਕਿ ਇਹ ਹੁਣ ਤੁਸੀਂ ਜਦੋਂ ਵੇਚ ਲਓਗੇ ਇਹ ਤੁਹਾਨੂੰ ਕਿੰਨੇ ਪੈਸੇ ਬਚ ਜਾਣਗੇ ਇੱਕ ਬੋਰੇ 'ਚ 2000 ਇੱਕ ਬੋਰੇ 'ਚ 2000 ਬਾਕੀ ਪੈਸੇ ਤਾਂ ਫੇਰ ਉਹੀ ਲੈ ਬਾਕੀ ਜਿਹੜੀ ਊਣ ਲਿਆ ਕੇ ਬੱਚਿਆਂ ਵਾਸਤੇ ਆਟਾ ਲਿਆਉਣਾ ਸਬਜ਼ੀ ਲਿਆਉਣਾ ਜ਼ਿੰਦਗੀ ਬਿਹਤਰ ਹੋਏਗੀ ਤੇ ਤਾਰਾ ਜੀ ਤੁਸੀਂ ਠੀਕ ਹੋ ਚਲੋ ਜਿਹਦੇ ਵਾਸਤੇ ਲੋ ਦਿਮਾਗ ਕਰ ਛੱਡਿਓ ਇਸ ਮੌਕੇ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ ਵਾਂ ਉਹਨਾਂ ਲੋਕਾਂ ਦੇ ਅੱਜ ਮੈਂ ਕਾਸਮ ਬਾਜ਼ਾਰ ਦੇ ਵਿੱਚ ਖਲੋਤਾ ਵਾਂ ਇੱਕ ਐਸੇ ਸ਼ਖਸ ਦੇ ਕੋਲ ਜਿਹੜਾ 40 ਸਾਲ ਤੋਂ ਕਾਸਮ ਬਾਜ਼ਾਰ ਦੀ ਜ਼ਮੀਨ ਉੱਤੇ ਬਹਿ ਕੇ ਤੇ ਐਸੀ ਬੇਬਸੀ ਜ਼ਿੰਦਗੀ ਗੁਜ਼ਾਰਦਾ ਪਿਆ ਸੀਗਾ ਕਿ ਲੇਕਿਨ ਕਿਸੇ ਨਜ਼ਰ ਨਹੀਂ ਸੀ ਆਉਂਦਾ ਅੱਲਾ ਪਾਕ ਨੇ ਇਹਦੇ ਵਾਸਤੇ ਇੱਕ ਰੂਈ ਦੇ ਕਾਰੋਬਾਰ ਛੋਟਾ ਦਿੱਤਾ ਵਾ ਔਰ ਤੁਸੀਂ ਵੀ ਆਪਣੇ ਇਰਦ ਗਿਰਦ ਦੇਖਿਆ ਕਰੋ ਕਿ ਰੋਜ਼ ਤੁਸੀਂ ਜਿਸ ਬਾਜ਼ਾਰ ਤੋਂ ਨਹੀਂ ਗੁਜ਼ਰਦੇ ਹੋ ਜਿਸ ਮਹੱਲੇ ਤੋਂ ਨਹੀਂ ਗੁਜ਼ਰਦੇ ਹੋ ਉਹਨਾਂ ਲੋਕਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿਹੜੇ ਬੇਬਸੀ ਜ਼ਿੰਦਗੀ ਗੁਜ਼ਾਰਦੇ ਪਏ ਨੇ ਉਹਨਾਂ ਲੋਕਾਂ ਵਾਸਤੇ ਕੁਝ ਆਸਾਨੀਆਂ ਪੈਦਾ ਕਰੋ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਣ ਅਗਰ ਉਹ ਆਪਣੀ ਜ਼ਿੰਦਗੀ ਬਿਹਤਰ ਨਹੀਂ ਕਰਨਗੇ ਤਾਂ ਉਹਨਾਂ ਦੇ ਬੱਚੇ ਜਿਹੜੇ ਹੋਏ ਉਹ ਜਰਾਇਮ ਪੇਸ਼ਾ ਬਣ ਜਾਣਗੇ ਚੋਰ ਚੱਕਰ ਜੇ ਪੁੱਤਰੇ ਬਣ ਜਾਣਗੇ ਬੇਰਾਹ ਰਵੀ ਵੱਲ ਚੱਲਣ ਜਾਣਗੇ ਉਹ ਬੁਰੇ ਕੰਮ ਕਰਨਗੇ ਲੇਕਿਨ ਅਗਰ ਉਹਦੇ ਬੱਚੇ ਨੂੰ ਤੁਸੀਂ ਪੜ੍ਹਾਓਗੇ ਤਲੀਮ ਜਾਸਤਾ ਕਰੋਗੇ ਤਾਂ ਰੱਬ ਵੀ ਰਾਜ਼ੀ ਹੋਏਗਾ ਤੇ ਨਬੀ ਪਾਕ ਵੀ ਰਾਜ਼ੀ ਹੋਣਗੇ ਔਰ ਤੁਹਾਡੇ ਵਾਸਤੇ ਜ਼ਿੰਦਗੀ ਆਸਾਨ ਹੋ ਜਾਏਗੀ ਤੇ ਬਹੁਤ ਸ਼ੁਕਰੀਆ ਜਿੰਨੇ ਵਾਸਤੇ ਰਹੋ ਅੱਲਾ ਹਾਫਿਜ਼ ਅੱਲਾ ਹਾਫਿਜ਼